ਸਰਪੰਚਾਂ ਅਤੇ ਪੰਚਾਂ ਵਾਸਤੇ ਟ੍ਰੇਨਿੰਗ ਪ੍ਰੋਗਰਾਮ ਪਿੰਡ ਧਨੋਏ ਕਲਾਂ ਦੇ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ 5 ਪਿੰਡਾਂ ਦੇ ਸਰਪੰਚ ਤੇ ਮੈਂਬਰ ਸਹਿਬਾਨ ਨੇ ਭਾਗ ਲਿਆ। ਇਹ ਪ੍ਰੋਗਰਾਮ ਮਿਸਟਰ ਡੈਨੀਅਲ ਬੀ ਦਾਸ, ਡਾਇਰੈਕਟਰ SCDP ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੰਸਥਾ ਦੇ ਕਾਰਜਕਰਤਾ ਮਹੇਸ਼, ਪ੍ਰਵੇਸ਼, ਮੱਟੂ, ਕ੍ਰਿਸ਼ਨ ਕੁਮਾਰ ਦੁਆਰਾ ਪੰਚਾਇਤੀ ਰਾਜ ਦੇ ਮੈਂਬਰ ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਰਾਜਨ ਮਸੀਹ, ਲਾਭ ਸਿੰਘ, ਸੈਮੂਅਲ ਮਸੀਹ, ਬਲਜਿੰਦਰ ਕੌਰ, ਭੁਪਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਸ਼ਾਮਿਲ ਰਹੇ। ਚੈਨ ਸਿੰਘ ਜੀ, ਤੁਹਾਨੂੰ ਇੱਕ ਲੰਚ ਇਹਦੇ 'ਚ ਮੈਂ ਕਹਿੰਦਾ ਜਿਹਨਾਂ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਬਹੁਤ ਜਾਗਰੂਕ ਕੀਤਾ ਲੋਕਾਂ ਨੂੰ, ਜਿਹੜੀ ਸੰਗਤ ਆਈ ਸੀ ਉਹਨਾਂ ਨੂੰ, ਅਤੇ ਬਹੁਤ ਪੰਚਾਇਤੀ ਰਾਜ ਦੇ ਬਾਰੇ ਬਹੁਤ ਕੁਝ ਦੱਸਿਆ ਇਹਨਾਂ ਨੇ। ਮੈਂ ਤਾਂ ਕਹੂੰਗਾ ਵੀ ਇਹਨਾਂ ਦਾ ਕੈਂਪ ਲਵਾਵਾਂਗੇ, ਉਹਦੇ 'ਚ ਫਾਰਮ ਭਰਾਂਗੇ, ਜਿਹੜੇ ਕਿਰਤ ਵਿਭਾਗ ਵੱਲੋਂ, ਲੇਬਰ ਡਿਪਾਰਟਮੈਂਟ ਵੱਲੋਂ ਜਿਹੜੇ ਆਏ ਨੇ। ਮੈਂ ਤੁਹਾਨੂੰ ਇੱਕ ਲਾਉਂਦਾ ਜੀ, ਗੁਰਮੁਖ ਸਿੰਘ ਜੀ, ਪਿੰਡ ਧਨੋਏ ਕਲਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਜਿਹੜਾ ਕੈਂਪ ਹੋ ਰਿਹਾ? ਇਹ ਕੈਂਪ ਦੀ ਬਹੁਤ ਸ਼ਲਾਘਾ ਕਰਦੇ ਹਾਂ ਜੀ। ਹਾਂ ਹਾਂ, ਬਹੁਤ ਸ਼ਲਾਘਾ ਕਰਦੇ ਹਾਂ ਜੀ। ਅੱਗੇ ਚਲੋ ਬਹੁਤ ਡੇਰ ਹੋਈ ਹੈ ਕੈਂਪ ਲੱਗੇ ਨੂੰ, ਇੰਨੀ ਸੰਗਤ ਵੀ ਨਹੀਂ ਆਈ। ਹੁਣ ਸਾਡੇ ਪੰਚਾਇਤ ਨਵੀਂ ਬਣੀ ਆ ਪਿੰਡ 'ਚ, ਅਤੇ ਹੁਣ ਕੋਈ ਵੀ ਕੈਂਪ ਲੱਗੇ ਬਹੁਤ ਜ਼ਿਆਦਾ ਇਕੱਠ, ਵੱਧ ਤੋਂ ਵੱਧ ਇਕੱਠ ਹੋਏਗਾ, ਅਤੇ ਬਹੁਤ ਸਾਫ ਸੁਥਰੀ ਪੰਚਾਇਤ ਬਣੀ ਆ, ਪਿੰਡ ਦਾ ਵਿਕਾਸ ਹੋਏਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਕੈਂਪ ਲੱਗੇ ਗਿਆ, ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕੈਂਪ ਲੱਗਣ ਦੇ ਨਾਲ? ਸਾਨੂੰ ਬਹੁਤ ਵਧੀਆ ਲੱਗਾ ਜੀ। ਸਾਨੂੰ ਕਈਆਂ ਗੱਲਾਂ ਦਾ ਪਤਾ ਨਹੀਂ ਗਾ ਨਗਰ ਵਾਲਿਆਂ ਨੂੰ, ਪਿੰਡ ਵਾਲਿਆਂ ਨੂੰ, ਜਿਹੜੀਆਂ ਅੱਜ ਦੱਸੀਆਂ। ਹਾਂ, ਜਾਗਰੂਕ ਆਈ ਆ ਵੀ ਹਰ ਕਿਸੇ ਨੂੰ ਪਤਾ ਲੱਗਾ ਵੀ ਆਹ ਸਹੂਲਤ ਮਿਲਦੀ ਹੈ, ਸਰਕਾਰ ਆਹ ਸਹੂਲਤਾਂ ਘੱਲਦੀਆਂ, ਇੱਥੋਂ ਤੱਕ ਨਹੀਂ ਪਹੁੰਚਦੀਆਂ, ਕਈਆਂ ਫਾਰਮ ਨਹੀਂ ਭਰੇ। ਅਤੇ ਅੱਗੇ ਵੀ ਚਲੋ ਜਿਹੜੀ ਕਮੇਟੀ ਹੈ ਇੱਥੇ ਬੀਬੀਆਂ ਦੀ, ਉਹਨਾਂ ਬਹੁਤ ਮਿਹਨਤ ਕਰਨਦੀਆਂ, ਉਹ ਆ ਵੀ ਹੁਣ ਉਹਨਾਂ ਨੇ ਕੈਂਪ ਲਵਾਇਆ, ਅਤੇ ਇਹਨਾਂ ਬੀਬੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ, ਜਿਹਨਾਂ ਇੱਥੋਂ ਤੱਕ ਪਹੁੰਚਾਇਆ ਨਗਰ ਨੂੰ, ਇਲਾਕੇ ਨੂੰ ਪਹੁੰਚਾਇਆ, ਬਹੁਤ ਮਿਹਨਤ ਕਰਦੀਆਂ ਨੇ। ਮੇਰਾ ਨਾਮ ਮਹੇਸ਼ ਹੈ, ਮੈਂ ਜੇ ਇਸ ਸੰਸਥਾ ਦੇ ਵਿੱਚ ਘੱਟੋ ਘੱਟ ਪਿਛਲੇ 16 ਸਾਲ ਤੋਂ ਜੁੜਿਆ ਹਾਂ ਇਸ ਸੰਸਥਾ ਦੇ ਨਾਲ। ਜਿਹੜਾ SCDP ਸੰਸਥਾ ਘੱਟੋ ਘੱਟ ਇਸ ਸਾਡੇ ਪੰਜਾਬ ਦੇ ਵਿੱਚ ਘੱਟੋ ਘੱਟ 90 ਪਿੰਡਾਂ ਦੇ ਵਿੱਚ ਕੰਮ ਕਰਦਾ, ਕਿ ਸਾਡਾ ਜਿਹੜਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ, ਜਿਹੜੇ ਸਰਕਾਰ ਵੱਲੋਂ ਜਿਹੜੇ ਗਵਰਨਮੈਂਟ ਸਕੀਮ ਆ ਰਹੇ ਨੇ, ਉਹ ਸਾਰੇ ਲੋਕਾਂ ਤੱਕ, ਗਰੀਬ ਲੋਕਾਂ ਤੱਕ ਕਿੱਦਾਂ ਪਹੁੰਚਣਾ, ਉਹਦੇ ਬਾਰੇ ਅਸੀਂ ਪਿੰਡਾਂ ਪਿੰਡਾਂ 'ਚ ਕੈਂਪ ਲਾਉਂਦੇ, ਤੋਂ ਮੀਟਿੰਗ ਕਰਦੇ, ਕਦੀ ਸੈਮੀਨਾਰ ਕਰਦੇ, ਕਿ ਲੋਕਾਂ ਨੂੰ ਜਾਗਰੂਕ ਹੋਵੇ, ਅਤੇ ਆਪਣੇ ਹੱਕ ਦੇ ਬਾਰੇ ਉਹ ਆਪ ਅੱਗੇ ਨਿਕਲੇ, ਤੇ ਸਾਡੀ ਜਿਹੜੀ ਹੁਣ ਇਸ ਕਰਕੇ ਇਸ ਪਿੰਡ ਦੇ ਵਿੱਚ ਰੱਖੇ, ਇਸ ਕਰਕੇ ਜਿਹੜੀ ਨਵੀਂ ਪੰਚਾਇਤ ਬਣੀ ਹੈ ਸਾਡੇ ਵਿੱਚ, ਸਾਡੇ ਅਲੱਗ ਅਲੱਗ ਪਿੰਡਾਂ 'ਚੋਂ ਸਰਪੰਚ ਸਾਹਿਬ ਵੀ ਆਏ ਨੇ, ਮੈਂਬਰ ਸਾਹਿਬ ਵੀ ਹੈ, ਅਤੇ ਉਹਨਾਂ ਨੇ ਵੀ ਇਸ ਕਰਕੇ ਰੱਖੇ ਤਾਂ ਕਿ ਹੁਣ ਨਵਾਂ ਨਵਾਂ ਪੰਚਾਇਤ ਇਲੈਕਸ਼ਨ ਹੋਇਆ, ਨਵੇਂ ਨਵੇਂ ਸਰਪੰਚ ਸਾਹਿਬ ਜਾਂ ਪੰਚ ਸਾਹਿਬ ਚੁਣ ਕੇ ਆਏ ਨੇ ਜਿਹੜੇ ਅੱਗੇ, ਅਤੇ ਉਹਨਾਂ ਨੇ ਵੀ ਪਿੰਡ ਦੇ ਵਿਕਾਸ ਦੇ ਉੱਪਰ ਉਹ ਵੀ ਥੋੜ੍ਹਾ ਅੱਗੇ ਜਾ ਕੇ ਕਿੱਦਾਂ ਕੰਮ ਕਰਨਾ, ਉਹ ਵੀ ਵਿਕਾਸ ਦੇ ਵਿੱਚ ਜੁੜੇ ਨੇ, ਅਸੀਂ ਵੀ ਵਿਕਾਸ ਦੇ ਕੰਮ ਦੇ ਵਿੱਚ ਜੁੜੇ ਨੇ, ਇਸ ਕਰਕੇ ਅੱਜ ਇਸ ਸੈਮੀਨਾਰ ਰੱਖਿਆ ਤਾਂ ਕਿ ਉਹਨਾਂ ਦਾ ਸਵਾਗਤ ਵੀ ਕਰ ਸਕੀਏ, ਤਾਂ ਕਿ ਅੱਗੇ ਕਿੱਦਾਂ ਪਿੰਡ ਦੇ ਵਿਕਾਸ ਦੇ ਬਾਰੇ ਕੰਮ ਕਰਨ, ਉਹਦੇ ਵਾਸਤੇ ਥੋੜ੍ਹਾ ਜਾਣਕਾਰੀ ਦੇ ਸਕੀਏ। ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ, ਔਰ ਮੈਂ SCDP ਜੋ ਮਾਰੀ ਔਰਗਨਾਈਜੇਸ਼ਨ ਹੈ ਉਸਦਾ ਮੈਂ ਇੱਕ ਮੈਂਬਰ ਹੈ, ਵਰਕਰ ਹੈ, ਔਰ ਪਿਛਲੇ ਲਗਭਗ 25 ਸਾਲ ਤੋਂ ਮੈਂ ਇਸ ਸੰਸਥਾ ਦੇ ਵਿੱਚ ਕੰਮ ਕਰਦਾ ਪਿਆ। ਅੱਜ ਦੀ ਜਿਹੜੀ ਮੀਟਿੰਗ ਸੀ ਇੱਥੇ, ਔਰ ਉਸਦਾ ਖਾਸ ਮੇਨ ਮੁੱਖ ਵਿਸ਼ਾ ਸੀ ਕਿ ਜਿਹੜੀ ਨਵੀਂ ਚੁਣੀਆਂ ਪੰਚਾਇਤਾਂ ਹੈਗੀਆਂ, ਉਹਨਾਂ ਪੰਚਾਇਤਾਂ ਨੂੰ, ਮਤਲਬ ਜਿਹੜੀ 73ਵੀਂ ਜੋ ਸੰਵਿਧਾਨ ਸ਼ੋਧ ਹੈਗੀ, ਉਸਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਪੰਚਾਇਤਾਂ ਦੀ ਜ਼ਿੰਮੇਵਾਰੀਆਂ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ, ਔਰ ਲੋਕਾਂ ਦੀ ਕੀ ਰਿਸਪੋਂਸੀਬਿਲਟੀ ਬਣਦੀ ਪੰਚਾਇਤਾਂ ਦੇ ਪ੍ਰਤੀ, ਉਸਦੇ ਬਾਰੇ 'ਚ ਮਤਲਬ ਚਰਚਾ ਕੀਤੀ ਜਾਵੇ। ਇਹਨਾਂ ਵਿਸ਼ਿਆਂ ਨੂੰ ਲੈ ਕੇ ਹੀ ਅੱਜ ਦੀ ਜਿਹੜੀ ਜੋ ਸੈਮੀਨਾਰ ਸੀ, ਇਸ ਦੇ ਵਿੱਚ ਗੱਲਬਾਤ ਹੋਈ ਹੈ, ਅਤੇ ਅਸੀਂ ਇਹ ਵੀ ਉਮੀਦ ਕਰਦੇ ਕਿ ਲੋਕਾਂ ਨੂੰ ਸਮੇਂ ਸਮੇਂ 'ਤੇ, ਮਤਲਬ ਖਾਸ ਕਰਕੇ ਜਿਹੜੀ ਗ੍ਰਾਮ ਪੰਚਾਇਤਾਂ ਹੈਗੀਆਂ ਏਰੀਏ ਦੇ ਅੰਦਰ, ਖਾਸ ਕਰਕੇ ਰੂਰਲ ਏਰੀਏ ਦੇ ਅੰਦਰ, ਉਹਨਾਂ ਨੂੰ ਸਮੇਂ ਸਮੇਂ 'ਤੇ ਇਸ ਤਰ੍ਹਾਂ ਦੇ ਸੈਮੀਨਾਰ ਦੇ ਕੈਂਪ ਦੀ ਲੋੜ ਹੈ, ਕਿਉਂਕਿ ਸਮੇਂ ਸਮੇਂ 'ਤੇ ਅਗਰ ਇਹਨਾਂ ਚੀਜ਼ਾਂ ਦੇ ਬਾਰੇ 'ਚ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ, ਅਤੇ ਅਸੀਂ ਜੋ ਵਿਕਾਸ, ਜੋ ਪਰਿਵਰਤਨ ਪਿੰਡਾਂ ਦੇ ਅੰਦਰ, ਜੋ ਬਦਲਾਵ ਅਸੀਂ ਪਿੰਡਾਂ ਦੇ ਅੰਦਰ ਦੇਖਣਾ ਚਾਹੁੰਦੇ, ਉਹ ਕਾਫੀ ਹੱਦ ਤੱਕ ਸੰਭਵ ਹੈ। ਮੇਰਾ ਨਾਮ ਪ੍ਰਵੇਸ਼, ਅਤੇ ਮੈਂ ਪਿਛਲੇ 25 ਸਾਲਾਂ ਤੋਂ ਜਿਹੜਾ ਸੰਸਥਾ ਦੇ ਨਾਲ ਕੰਮ ਕਰਦੀ ਹਾਂ, ਅਤੇ ਮੇਰਾ ਜਿਹੜਾ ਕੰਮ ਹੈ ਔਰਤਾਂ ਦੇ ਵਿੱਚ ਹੈ, ਖਾਸ ਕਰਕੇ ਵੂਮੈਨ ਇੰਪਾਵਰਮੈਂਟ ਨੂੰ ਲੈ ਕੇ, ਅਤੇ ਔਰਤਾਂ ਨੂੰ ਇਕੱਠਿਆਂ ਕਰਨਾ ਅਤੇ ਉਹਨਾਂ ਨੂੰ ਇਸ ਲਾਇਕ ਬਣਾਉਣਾ ਕਿ ਜਿਹੜਾ ਸਾਡੀ ਸੰਸਥਾ ਦਾ ਮੇਨ ਮਕਸਦ ਹੈਗਾ ਵਾ ਅਵੇਅਰਨੈਸ ਦਾ,
कि गौरमेंट दीआं स्कीमां खास करके उन्हां दे बारे जागृति देनी लोकां तक पहुँचाउणी ते पिंडां दे विच भैणां नूं इकट्ठियां करना भैणां दीआं जिहड़ियां मुश्किलां ने उह क्योंकि एक दूजे नाल मिल के भैणां ही हल कर सकदियां ने दूजा बंदा उन्हां दी मदद नहीं कर सकदा इस करके साडी संस्था दा मेन इहो ही आ मकसद हैगा वा कि अवेयरनैस फैलाउणी सरकार दीआं स्कीमां नूं लै के जिहड़ियां स्कीमां ने उह है ते बणियां गरीबां वास्ते लेकिन गरीबां तक पहुँचदियां नहीं क्योंकि उन्हां नूं पता ही नहीं हुंदा उन्हां नूं जानकारी नहीं हैगी जिन्ना चिर उन्हां नूं जानकारी नहीं होएगी उन्ना चिर उह स्कीमां नहीं लै सकदे स्कीमां नूं प्राप्त नहीं कर सकदे उन्हां दा लाभ उन्हां दे परिवारां नूं जिहड़ा नहीं मिल सकदा थैंक यू हांजी मेरा नाम बलजिंदर कौर और पिंड धनोई कलां तों असीं रहिण वाले हाँ असीं 5 साल जो एन जी ओ संस्था दे विच असीं एक सेवा दा मौका दित्ता सानूं असी पहलों एन जी ओ का बहुत ही दिलों होकर शुक्रगुजार करते हाँ कि साढ़े जो पिंड अटारी तो अगे यहोजा अज तक कोई भी नहीं एन जी ओ पहुँचा कि जो सानू इन्हां सरकारी स्कीमां बारे दसन वास्ते कुछ बीबियां नूं जो जागरूक करन वास्ते कोई ऐसे काम ही जेडे अज सानू 5 साल तो असी इसे तरह ही मेरा जो साढ़े पूरे स्टाफ का जो गरीबियां नूं दूर करन वास्ते उन्हां नूं समझाया गया उन्हां नूं सरकारी स्कीमां तक दस्या गया भी जो बीबियां दा इकट्ठ करके उन्हां नूं इसे तरह मेरियां भैणां ने अज तक बहुत ही ज़्यादा 5-4 सालों के जिन्हां गल्लां दा नहीं पता हैगा वह स्कीमां नूं असीं उत्थों तक लैके गए उन्हां नूं लैके पहुँचे तो हुण तक इस एन जी ओ ने और पिंड धनोई कलावां ने और जिन्हें भी अज पिंड 5 इत्थे पहुँचे आ जो साडा बहुत ही ज़्यादा सत्कार माण किया उन्होंने इस पहुँचन भी इस वड्डे इकट्ठ भी मैं उन्होंने बहुत ज़्यादा दिलों होकर शुक्रगुजार करते हैं कि असी इस तरह ही ये स्कीमां नूं लैके सरकारियां तां तुरे रहांगे और उन्हां पिंडां तक उन्हां घरां तक उन्हां बीबियां तक भाइयां तक पहुँचावांगे तो अगे भी असी इस सेवा हमेशा हमेशा लई लगे रहांगे।